ਗਾਇਜ਼, ਬਹੁਤ ਸਾਰੀ ਡਿਮਾਂਡ ਆਉਣ ਤੋਂ ਬਾਅਦ ਮੈਂ ਜੋ ਹੈ ਇਨਵੀਟੇਸ਼ਨ ਲੈਟਰ 'ਤੇ ਦੂਸਰੀ ਵੀਡੀਓ ਬਣਾਉਣ ਜਾ ਰਿਹਾ। ਦੂਸਰੀ ਵੀਡੀਓ ਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਇਹ ਦੱਸੂੰਗਾ ਕਿ ਫਾਰਮੈਟ ਕੀ ਹੋਣਾ ਚਾਹੀਦਾ, ਔਰ ਨੰਬਰ 2 ਗਾਇਜ਼, ਜੋ ਹੈ ਕੁਛ ਲੋਕਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਸਪੋਂਸਰਸ਼ਿਪ ਲੈਟਰ ਹੈ ਉਹ ਤਾਂ PR ਜਾਂ ਸਿਟੀਜ਼ਨ ਹੀ ਆ ਜਿਹੜੇ ਕੈਨੇਡਾ ਦੇ ਉਹੀ ਭੇਜ ਸਕਦੇ ਆ, ਜੇ ਸਟੂਡੈਂਟਸ ਜਿਹੜੇ ਕਿ ਸਟੱਡੀ ਪਰਮਿਟ 'ਤੇ ਹੈ ਜਾਂ ਕੋਈ ਵਰਕ ਪਰਮਿਟ 'ਤੇ ਆ ਜਿਹੜੇ ਟੈਂਪਰੇਰੀ ਹੈ ਉਹ ਵੀ ਕਿੱਦਾਂ ਸਪੋਂਸਰ ਭੇਜਦੇ ਆ, ਤਾਂ ਮੈਂ ਇਹ ਵੀ ਸਾਰੀ ਕਲੈਰੀਫਿਕੇਸ਼ਨ ਅੱਜ ਇਸ ਵੀਡੀਓ ਵਿੱਚ ਦੇਣ ਜਾ ਰਿਹਾ। ਪੂਰੀ ਵੀਡੀਓ ਬਹੁਤ ਬਣੂਗੀ ਇਨਫੋਰਮੇਟਰੀ, ਔਰ ਜਿਹੜੀਆਂ ਗੱਲਾਂ ਗਾਇਜ਼ ਪਹਿਲੀ ਵੀਡੀਓ 'ਚ ਰਹਿ ਗਈਆਂ ਹੈ ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਕੰਕਲੂਡ ਕਰ ਦੂੰਗਾ, ਤਾਂ ਜੋ ਤੁਹਾਨੂੰ ਕੋਈ ਵੀ ਡਾਊਟ ਕੋਈ ਵੀ ਸ਼ੰਕਾ ਨਾ ਰਹੇ, ਤਾਂ ਜੋ ਸਟੂਡੈਂਟਸ ਹੈ ਜਾਂ ਵਰਕ ਪਰਮਿਟ ਵਾਲੇ ਆ ਉਹ ਕਿਸ ਤਰ੍ਹਾਂ ਇਨਵੀਟੇਸ਼ਨ ਭੇਜਦੇ ਆ, ਜਿਹੜੇ ਕਿ ਪਰਮਾਨੈਂਟ ਜਾਂ ਸਿਟੀਜ਼ਨ ਆ ਉਹ ਕਿਸ ਤਰ੍ਹਾਂ ਇਨਵੀਟੇਸ਼ਨ ਭੇਜਦੇ ਜਾਂ ਕਿਸ ਤਰ੍ਹਾਂ ਸਪੋਂਸਰ ਭੇਜਦੇ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਲੈਰਿਟੀ ਕਰ ਦਿੱਤੀ ਹੈ ਕਿ ਉਹ ਜਿਹੜੇ ਹੈਗੇ ਆ ਸਿਟੀਜ਼ਨਸ਼ਿਪ ਵਾਲੇ ਜਦੋਂ ਇਨਵੀਟੇਸ਼ਨ ਭੇਜਦੇ ਆ ਤਾਂ ਉਹ ਜਿਹੜੇ ਹੈਗੇ ਕੋਈ ਰਿਸਪੋਂਸੀਬਿਲਿਟੀ ਨਹੀਂ ਲੈਂਦੇ ਤੁਹਾਡੇ ਰਹਿਣ ਦੀ, ਖਰਚਾ ਪਾਣੀ ਦੀ, ਅਤੇ ਜਿਹੜੇ ਸਪੋਂਸਰ ਕਰਦੇ ਆ ਉਹ ਜ਼ਿੰਮੇਵਾਰੀ ਵੀ ਲੈਂਦੇ ਆ, ਔਰ ਉਹ ਸਾਰੀਆਂ ਮਤਲਬ ਜਿਹੜੀਆਂ ਹੈਗੀਆਂ ਗੱਲਾਂ ਨੂੰ ਆਪਣੀਆਂ ਨੂੰ ਨੋਟਰਾਈਜ਼ ਵੀ ਕਰਕੇ ਕੈਨੇਡਾ ਗੌਰਮੈਂਟ ਨੂੰ ਦਿੰਦੇ ਆ। ਤਾਂ ਗਾਇਜ਼ ਮਤਲਬ ਉਹ ਕਲੀਅਰ ਹੋ ਗਈ ਸੀ, ਹੁਣ ਆਪਾਂ ਅੱਜ ਨਾਲ ਦੀ ਨਾਲ ਸਟੂਡੈਂਟਸ ਪਰਮਿਟ ਅਤੇ ਵਰਕ ਪਰਮਿਟ ਵਾਲਿਆਂ ਦੀ ਇਨਵੀਟੇਸ਼ਨ ਲੈਟਰ ਦੀ ਵੀ ਕਲੈਰਿਟੀ ਦੇਵਾਂਗੇ। ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਨਮਸਕਾਰ, ਗੇਮ ਸ਼ੋ ਮਜ਼ਾ ਮਾਣਦੇ ਹੋ, ਮੌਜਾ ਹੀ ਮਾਣਦੇ ਰਹੋ, ਵੈਲਕਮ ਟੂ ਭੋਪਾਲ ਫੈਮਿਲੀ ਅਨਦਰ ਵੀਡੀਓ। ਜੀ ਹਾਂ ਗਾਈਜ਼, ਇਸ ਇਨਫੋਰਮੇਟਿਵ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਊਗੀ ਤਾਂ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਦੱਬ ਕੇ, ਤਾਂ ਜੋ ਸਾਰਿਆਂ ਤੱਕ ਇਹ ਪਹੁੰਚ ਸਕੇ, ਔਰ ਮੇਰੇ ਭੈਣ ਭਰਾ ਜਿਹੜੇ ਇਸ ਗੱਲ ਨੂੰ ਜਾਣਦੇ ਨਹੀਂ ਉਹ ਪੂਰੀ ਤਰ੍ਹਾਂ ਜਾਣ ਕੇ ਆਪਣੀ ਇਨਵੀਟੇਸ਼ਨ ਲੈਟਰ ਆਪ ਤਿਆਰ ਕਰ ਸਕਦੇ ਆ, ਤਾਂ ਜੋ ਉਹਨਾਂ ਦੇ ਕੁਝ ਖਰਚੇ ਬਚ ਸਕਦੇ ਆ। ਔਰ ਗਾਈਜ਼, ਇਸ ਵੀਡੀਓ ਨੂੰ ਹੁਣ ਆਪਾਂ ਕਰਦੇ ਹਾਂ ਸ਼ੁਰੂ। ਦੋਸਤੋ, ਜਿਵੇਂ ਕਿ ਮੈਂ ਪਹਿਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਇਨਵੀਟੇਸ਼ਨ ਲੈਟਰ ਜਿਹੜੀ ਹੈਗੀ ਹੈ ਉਹ ਤੁਹਾਨੂੰ ਇੱਕ ਪਰਪਸ ਦਿੰਦੀ ਹੈ ਕੈਨੇਡਾ ਦੇ ਵਿੱਚ ਵਿਜ਼ਿਟ ਕਰਨ ਦਾ। ਪਰਪਸ ਉਹੀ ਕਿ ਜਿਹੜਾ ਵਿਅਕਤੀ ਤੁਹਾਨੂੰ ਇਨਵਾਈਟ ਕਰ ਰਿਹਾ ਉਹ ਚਾਹੇ ਤੁਹਾਨੂੰ ਕਿਸੇ ਐਗਜ਼ੀਬਿਸ਼ਨ 'ਚ ਕਰ ਰਿਹਾ, ਮੈਰਿਜ 'ਚ ਕਰ ਰਿਹਾ, ਜਾਂ ਕਿਸੇ ਵੀ ਹੋਰ ਜਿਹੜੀ ਹੈਗੀ ਕੋਈ ਕਾਰਜਕ੍ਰਮ ਹੈ, ਪ੍ਰੋਗਰਾਮ ਉਹਦੇ 'ਚ ਕਰ ਰਿਹਾ, ਤਾਂ ਤੁਹਾਡਾ ਜਿਹੜਾ ਹੈਗਾ ਪਰਪਸ ਜਿਹੜਾ ਹੈਗਾ ਉਹ ਕਲੀਅਰ ਹੋ ਜਾਂਦਾ, ਔਰ ਉਸ ਲੈਟਰ ਨੂੰ ਉਹ ਨੋਟਰਾਈਜ਼ ਨਹੀਂ ਕਰਾਉਂਦਾ, ਔਰ ਇਹ ਲੈਟਰ ਜਿਹੜੀ ਹੈਗੀ ਆ ਤੁਹਾਡੇ ਵਰਕ ਨੂੰ, ਜਿਹੜੇ ਤੁਹਾਡੇ ਪਰਪਸ ਨੂੰ, ਸੋਰੀ, ਕੈਨੇਡਾ ਆਉਣ ਦੇ ਪਰਪਸ ਨੂੰ ਤਾਂ ਸਾਲਵ ਕਰਦੀ ਹੈ, ਪਰ ਉੱਥੇ ਆ ਕੇ ਖਰਚਾ ਸਾਰਾ ਤੁਸੀਂ ਕਰੋਗੇ, ਜਿਹੜਾ ਆਉਣ ਜਾਣ ਦਾ, ਰਹਿਣ ਸਹਿਣ ਦਾ, ਔਰ ਜਿਹੜੇ ਉਨਸੇ ਘੁੰਮਣ ਫਿਰਨ ਦਾ ਖਰਚਾ ਤੁਸੀਂ ਸਹਿਣ ਕਰੋਗੇ, ਤਾਂ ਫਿਰ ਤੁਹਾਡੀ ਜਿਹੜੀ ਬੈਕਗਰਾਊਂਡ ਹੈ ਇੰਡੀਆ ਦੇ ਵਿੱਚ ਕਾਫੀ ਮਜ਼ਬੂਤ ਹੋਣੀ ਚਾਹੀਦੀ ਹੈ, ਫਾਈਨੈਂਸ਼ੀਅਲ ਬੈਕਗਰਾਊਂਡ, ਜੀ ਹਾਂ, ਤੁਹਾਡੀ ਫਾਈਨੈਂਸ਼ੀਅਲ ਬੈਕਗਰਾਊਂਡ ਮਜ਼ਬੂਤ ਹੋਣੀ ਚਾਹੀਦੀ ਹੈ, ਔਰ ਇੰਡੀਆ ਦੇ ਵਿੱਚ ਵੀ ਤੁਸੀਂ ਕਾਫੀ ਸੈਮੀਨਾਰ ਵਗੈਰਾ ਅਟੈਂਡ ਕਰਦੇ ਹੋਣੇ ਚਾਹੀਦੇ ਆ, ਤਾਂ ਜ਼ਿਆਦਾ ਬਿਹਤਰ ਹੋ ਜਾਂਦਾ, ਪਰ ਜੇ ਨਹੀਂ ਵੀ ਕਰਦੇ ਤਾਂ ਵੀ ਤੁਹਾਡੀ ਜੇ ਸਾਊਂਡ ਪੁਜੀਸ਼ਨ ਹੈ ਔਰ ਈਵਨ ਤੁਹਾਡੇ ਬਿਜ਼ਨਸ ਨਾਲ ਮਿਲਦਾ ਜੁਲਦੀ ਐਗਜ਼ੀਬਿਸ਼ਨ ਹੈ, ਤਾਂ ਤੁਹਾਨੂੰ 100% ਜਿਹੜਾ ਵਿਜ਼ਟਰ ਵੀਜ਼ਾ ਮਿਲਦਾ ਹੈਗਾ। ਔਰ ਗਾਇਜ਼, ਦੂਸਰੇ ਕਾਰਨਾਂ ਦੀ ਵੀ ਆਪਾਂ ਅੱਜ ਇੱਥੇ ਗੱਲ ਕਰਾਂਗੇ। ਗਾਇਜ਼, ਐਕਚੁਅਲੀ ਜਿਹੜਾ ਹੈ ਇਨਵੀਟੇਸ਼ਨ ਲੈਟਰ ਜਿਹੜਾ ਹੈਗਾ ਦੋ ਤਰ੍ਹਾਂ ਦਾ ਹੁੰਦਾ, ਇੱਕ ਇਨਵੀਟੇਸ਼ਨ ਲੈਟਰ ਕਮ ਸਪੋਂਸਰ ਲੈਟਰ। ਜੀ ਹਾਂ, ਇਹ ਜਿਹੜਾ ਇਨਵੀਟੇਸ਼ਨ ਲੈਟਰ ਕਮ ਸਪੋਂਸਰ ਲੈਟਰ ਹੈਗਾ ਇਹ ਸਟੂਡੈਂਟਸ ਵਾਸਤੇ ਹੈ ਜਿਹੜੇ ਕਿ ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਹੋਏ ਆ, ਔਰ ਜਾਂ ਜਿਹੜੇ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਹੋਏ ਆ, ਜੇਕਰ ਉਹ ਆਪਣੇ ਪੇਰੈਂਟਸ ਜਾਂ ਆਪਣੇ ਸਿਬਲਿੰਗ ਨੂੰ ਕਿਸੇ ਨੂੰ ਸੱਦਣਾ ਚਾਹੁੰਦੇ ਆ, ਤਾਂ ਉਹ ਇਨਵੀਟੇਸ਼ਨ ਲੈਟਰ ਕਮ ਸਪੋਂਸਰ ਕਰ ਸਕਦੇ ਆ, ਕਿਉਂਕਿ ਉਹ ਇੱਥੋਂ ਦੇ ਨਾ ਤਾਂ ਸਿਟੀਜ਼ਨ ਆ ਨਾ PR,
ਤਾਂ ਉਹ ਇਕੱਲੀ ਸਪੋਂਸਰ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਇਨਵੀਟੇਸ਼ਨ ਭੇਜਣਾ ਪੈਂਦਾ ਕਿਸੇ ਨਾ ਕਿਸੇ ਕਾਰਨਾਂ ਵਿੱਚ। ਮੰਨ ਲਓ ਸਮਰ ਹੈ ਤਾਂ ਸਮਰ ਦੇ ਵਿੱਚ ਘੁੰਮਣ ਫਿਰਨ ਦਾ, ਜਾਂ 1 ਜੁਲਾਈ ਨੂੰ ਜਿਹੜੀ ਲੰਘੀ, ਵੈਸੇ ਤਾਂ ਹੁਣ ਜਿਹੜਾ ਹੈਗਾ ਕੈਨੇਡਾ ਡੇ ਆ ਜਾਂਦਾ, ਜਾਂ ਹੋਰ ਕਈ ਜਿਹੜੇ ਹੈਗੇ ਇੱਥੇ ਫਰਾਈਡੇ, ਗੁੱਡ ਫਰਾਈਡੇ, ਚਲੋ ਨਹੀਂ ਇਹ ਬਲੈਕ ਫਰਾਈਡੇ, ਔਰ ਕਈ ਤਰ੍ਹਾਂ ਦੇ ਇੱਥੇ ਹੋਰ ਵੀ ਜਿਹੜੇ ਹੈਗੇ ਆ ਫੰਕਸ਼ਨ ਜਾਂ ਕਈ ਚੀਜ਼ਾਂ ਹੁੰਦੀਆਂ, ਔਰ ਦਸੰਬਰ ਦੇ ਵਿੱਚ ਕ੍ਰਿਸਮਸ ਦੇ ਦਿਨ ਆ ਜਾਣਗੇ, ਤਾਂ ਉਸ ਟਾਈਮ 'ਤੇ ਵੀ ਇਨਵੀਟੇਸ਼ਨ ਕਰ ਸਕਦੇ ਹੈਗੇ ਆ ਸਟੱਡੀ ਪਰਮਿਟ ਵਾਲੇ ਅਤੇ ਵਰਕ ਪਰਮਿਟ ਵਾਲੇ ਆਪਣੇ ਪੇਰੈਂਟਸ, ਆਪਣੇ ਸਿਬਲਿੰਗ ਨੂੰ। ਤਾਂ ਸਭ ਤੋਂ ਪਹਿਲਾਂ ਆਪਾਂ ਇਹ, ਕਿਉਂਕਿ ਲੈਟਰ ਜਿਹੜੀ ਹੈਗੀ ਆ ਇਹ ਕੰਮ ਸਪੋਂਸਰ ਹੈ, ਤਾਂ ਇਹਦੇ ਕਿਸ ਤਰ੍ਹਾਂ ਮਤਲਬ ਲਿਖਿਆ ਜਾਣਾ ਚਾਹੀਦਾ, ਕਿਸ ਤਰ੍ਹਾਂ ਇਹ ਸਾਰਾ ਆਪਣੀ ਕਾਪੀ ਪੈਨ ਲੈ ਲਓ ਅਤੇ ਨੋਟ ਕਰ ਲਓ। ਔਰ ਗਾਈਜ਼, ਜੇਕਰ ਤੁਸੀਂ ਸੈਂਪਲ ਚਾਹੁੰਦੇ ਹੈ ਤਾਂ ਮੇਰੇ ਜਿਹੜਾ ਹੈਗਾ ਤੁਸੀਂ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੱਸ ਸਕਦੇ ਹਾਂ, ਤਾਂ ਮੈਂ ਤੁਹਾਨੂੰ ਸੈਂਪਲ ਵੀ ਭੇਜ ਦੂੰਗਾ। ਗਾਈਜ਼, ਸਟੂਡੈਂਟ ਪਰਮਿਟ ਵਾਲੇ, ਯਾਨੀ ਸਟੱਡੀ ਪਰਮਿਟ ਵਾਲੇ ਜਾਂ ਵਰਕ ਪਰਮਿਟ ਵਾਲੇ ਜਿਹੜੇ ਹੈਗੇ ਆ, ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਲਿਖਣਗੇ ਜਿਹੜਾ ਟੂ ਦਾ ਆਫਿਸਰ ਕੈਨੇਡੀਅਨ ਹਾਈ ਕਮਿਸ਼ਨ ਨਿਊ ਦਿੱਲੀ, ਔਰ ਫਿਰ ਫਸਟ ਜਿਹੜਾ ਪੈਰਾਗ੍ਰਾਫ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਹੈਗੀ ਹੈ ਜਿਸ ਨੂੰ ਤੁਸੀਂ ਬੁਲਾ ਰਹੇ ਹੈ, ਚਾਹੇ ਪੇਰੈਂਟਸ ਹੈ, ਚਾਹੇ ਤੁਹਾਡਾ ਸਿਬਲਿੰਗ ਹੈ, ਭੈਣ ਭਰਾ ਹੈ, ਕੋਈ ਵੀ ਹੈ, ਦੋਸਤ ਮਿੱਤਰ ਹੈ, ਤਾਂ ਉਹਦਾ ਵਿਜ਼ਿਟ ਦਾ ਪਰਪਸ। ਹੁਣ ਮੰਨ ਲਓ ਤੁਸੀਂ ਸਟੂਡੈਂਟ ਹਾਂ, ਤਾਂ ਤੁਸੀਂ ਆਪਣਾ ਜਿਹੜਾ ਕਨਵੋਕੇਸ਼ਨ ਦਾ ਵੀ ਪਰਪਸ ਲਿਖ ਸਕਦੇ ਹੈ ਕਿ 9 ਤਰੀਕ ਨੂੰ ਮੇਰੀ ਜਿਹੜੀ ਹੈਗੀ ਕਨਵੋਕੇਸ਼ਨ ਹੈ, ਉਸ ਫੰਕਸ਼ਨ ਦੇ ਵਿੱਚ ਮੈਂ ਆਪਣੇ ਮਾਤਾ ਪਿਤਾ ਦੀ ਸ਼ਮੂਲੀਅਤ ਨੂੰ ਚਾਹੁੰਦਾ ਹੈ ਜਾਂ ਚਾਹੁੰਦੀ ਹਾਂ। ਤਾਂ ਇਹ ਸਾਰਾ ਤੁਸੀਂ ਫਾਰਮੈਟ ਤਾਂ ਇੰਗਲਿਸ਼ 'ਚ ਲਿਖਣਾ, ਅਤੇ ਉਹ ਸੈਂਪਲ ਵੀ ਮੈਂ ਤੁਹਾਨੂੰ ਦੇ ਸਕਦਾ ਜੇਕਰ ਤੁਸੀਂ ਮੈਨੂੰ ਫੇਸਬੁੱਕ 'ਤੇ ਜਾ ਕੇ ਫੋਲੋ ਕਰਨ ਤੋਂ ਬਾਅਦ ਉਹਦੀ ਡਿਮਾਂਡ ਕਰਦੇ ਹਾਂ। ਤਾਂ ਚਲੋ, ਖੈਰ ਆਪਾਂ ਗੱਲ ਕਰ ਰਹੇ ਹਾਂ, ਤਾਂ ਪਹਿਲੇ ਪੈਰੇ ਦੇ ਵਿੱਚ ਪਰਪਸ ਲਿਖੋਗੇ ਤੁਸੀਂ ਕਿ ਮੇਰਾ ਜਿਹੜਾ ਹੈਗਾ ਕਨਵੋਕੇਸ਼ਨ 9 ਤਰੀਕ ਨੂੰ ਫਲਾਂ ਫਲਾਂ ਦਿਨ ਇੱਥੇ ਜਿਹੜੀ ਹੈਗੀ ਹੈ ਕਾਲਜ ਦੇ ਵਿੱਚ ਜਾਂ ਜਿਹੜੀ ਯੂਨੀਵਰਸਿਟੀ ਦੇ ਵਿੱਚ ਹੋ ਰਹੀ ਹੈ, ਉਸ ਕਨਵੋਕੇਸ਼ਨ ਦੇ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਜਾਂ ਭੈਣ ਭਰਾ ਨੂੰ ਜਾਂ ਆਪਣੇ ਸਿਬਲਿੰਗ ਨੂੰ ਜਿਹੜਾ ਹੈਗਾ ਕਾਲ ਕਰਨਾ ਚਾਹੁੰਦਾ। ਤਾਂ ਸੈਕਿੰਡ ਪੈਰੇ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਮਾਤਾ ਪਿਤਾ ਜਾਂ ਭੈਣ ਭਰਾ ਜਾਂ ਸਿਬਲਿੰਗ ਜਿਹਨਾਂ ਨੂੰ ਵੀ ਤੁਸੀਂ ਕਾਲ ਕਰ ਰਹੇ ਹਾਂ, ਉਹਨਾਂ ਦਾ ਨਾਮ, ਐਡਰੈਸ, ਔਰ ਇੰਡੀਆ ਦੇ ਵਿੱਚ ਕਾਰੋਬਾਰ, ਬਿਜ਼ਨਸ, ਜਾਂ ਉਹਨਾਂ ਦੀ ਜਿਹੜੀ ਕੋਈ ਜੋਬ ਹੈ ਜਾਂ ਉਹਨਾਂ ਦਾ ਕੋਈ ਕਾਰੋਬਾਰ ਹੈ, ਉਹ ਸਾਰੇ ਦਾ ਵੇਰਵਾ ਦਿਓਗੇ, ਔਰ ਇੰਡੀਆ ਦੇ ਵਿੱਚ ਉਹਨਾਂ ਦਾ ਜਿਹੜੀ ਹੈਗੀ ਹੈ ਜਾਇਦਾਦ ਵਗੈਰਾ ਜਾਂ ਜਿਹੜਾ ਕਿ ਉਹਨਾਂ ਦਾ ਕੰਸਰਨ ਸ਼ੋਅ ਹੋਵੇ ਇੰਡੀਆ ਦੇ ਵਿੱਚ ਕਿ ਉਹ ਵਾਪਸ ਮੁੜ ਜਾਣਗੇ ਤੁਹਾਡੇ ਇਸ ਪਰਪਸ ਨੂੰ ਅਟੈਂਡ ਕਰਕੇ ਜਾਂ ਘੁੰਮ ਫਿਰ ਕੇ ਥੋੜ੍ਹਾ ਜਿਹਾ ਵਾਪਸ ਇੰਡੀਆ ਚਲੇ ਜਾਣਗੇ, ਇਸ ਸਾਰੀ ਗੱਲ ਨੂੰ ਜਾਣੀ ਕਿ ਸਿੱਧ ਕਰਨ ਵਾਸਤੇ ਤੁਹਾਨੂੰ ਆਪਣੇ ਮਾਤਾ ਪਿਤਾ ਦਾ ਜਿਹੜੀ ਉਹ ਇਨਕਮ ਰਿਟਰਨ ਆ, ਇਨਕਮ ਜਿਹੜਾ ਹੈਗਾ, ਬੈਂਕ ਬੈਲੈਂਸ ਵਗੈਰਾ, ਉਹਨਾਂ ਦੀ ਜਿਹੜੀ ਹੈਗੀ ਹੈ ਕੀ ਕਾਰੋਬਾਰ ਹੈ, ਕੀ ਉਹਨਾਂ ਦਾ ਬਿਜ਼ਨਸ ਹੈ ਜਾਂ ਕੀ ਉਹਨਾਂ ਦੀ ਜੋਬ ਹੈਗੀ, ਪ੍ਰੋਫਾਈਲ ਹੈ, ਉਹ ਸਾਰੀ ਜਾਣਕਾਰੀ ਤੁਸੀਂ ਜਿਹੜੀ ਹੈ ਸੈਕਿੰਡ ਪੈਰੇ ਵਿੱਚ ਦਿਓਗੇ। ਇਹ ਥਰਡ ਪੈਰਾ ਜੋ ਕਿ ਕਾਫੀ ਇੰਪੋਰਟੈਂਟ ਹੈ, ਉਹ ਤੁਹਾਡੇ ਆ, ਤੁਹਾਡੇ ਨਾਲ ਸੰਬੰਧਿਤ, ਤੁਸੀਂ ਆਪਣਾ ਦੱਸੋਗੇ ਕਿ ਮੈਂ ਇੱਥੇ ਸਟੂਡੈਂਟ ਹਾਂ ਜਾਂ ਮੈਂ ਇੱਥੇ ਵਰਕ ਪਰਮਿਟ 'ਤੇ ਜਾਂ ਜਸਟਿਸ ਦੇ ਵਿੱਚ ਵੀ ਹੈਗਾ। ਉੱਥੇ ਹੁਣ ਮੈਂ ਤੁਹਾਨੂੰ ਇੱਕ ਪਰਪਸ ਜੀ ਦੱਸਿਆ ਸੀਗਾ ਕਿ ਪਰਪਸ ਜਿਹੜਾ ਹੈਗਾ ਉਹ ਮੇਰੀ ਕਨਵੋਕੇਸ਼ਨ ਦਾ। ਹੁਣ ਜਿਹੜੇ ਹੈਗੇ ਆ ਵਰਕ ਪਰਮਿਟ ਵਾਲੇ, ਉਹ ਤਾਂ ਕਨਵੋਕੇਸ਼ਨ ਦਾ ਨਹੀਂ ਨਾ ਦੇ ਸਕਦੇ, ਤਾਂ ਉਹ ਜਿਹੜਾ ਹੈਗਾ ਇੱਥੇ ਕਿਸੇ ਨਾ ਕੋਈ ਜੇ ਕੋਈ ਫੰਕਸ਼ਨ ਆ ਰਿਹਾ, ਕੋਈ ਪੰਜਾਬੀਆਂ ਦਾ ਤਿਉਹਾਰ ਮਨਾਉਣ ਲਈ ਆ ਰਿਹਾ ਜਾਂ ਕੋਈ ਹੋਰ ਜਿੱਥੇ ਪੰਜਾਬੀ ਪਰਿਵਾਰ ਕੈਨੇਡੀਆ ਦੇ ਕੈਨੇਡਾ ਦੇ ਇਕੱਠੇ ਹੋਣਗੇ ਉਸ ਤਿਉਹਾਰ ਦੇ ਵਿੱਚ ਜਾਂ ਉਸ ਕਿਸੇ ਮੇਲੇ ਵਿੱਚ ਜਾਂ ਉੱਥੇ ਕੋਈ ਜਿਹੜਾ ਹੈਗਾ ਕੋਈ ਕਾਰਜਕ੍ਰਮ ਹੋਣ ਜਾ ਰਿਹਾ, ਕੋਈ ਪੰਜਾਬੀ ਕਲਾਕਾਰ ਆ ਰਿਹਾ ਜਾਂ ਬਾਲੀਵੁੱਡ ਦਾ ਕਲਾਕਾਰ ਆ ਰਿਹਾ, ਕੋਈ ਕਾਰਜਕ੍ਰਮ ਹੋਣ ਜਾ ਰਿਹਾ ਕੈਨੇਡਾ 'ਚ, ਤਾਂ ਉੱਥੇ ਜੇ ਬੁਲਾ ਰਿਹਾ ਤਾਂ ਉਹਦਾ ਤਾਂ ਉਹਨੇ ਘੁੰਮਣ ਫਿਰਨ ਦਾ ਕੈਨੇਡਾ ਦੇ ਵਿੱਚ ਅਸੀਂ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਸਿਬਲਿੰਗ ਨੂੰ ਜਿਹੜਾ ਮੈਂ ਘੁੰਮਾਉਣਾ ਚਾਹੁੰਦਾ, ਉਹ ਪਰਪਸ ਜਿਹੜਾ ਹੈਗਾ ਪਹਿਲੇ ਪੈਰੇ ਵਿੱਚ ਦਿੱਤਾ ਜਾਊਗਾ। ਕਨਵੋਕੇਸ਼ਨ ਤੋਂ ਇਲਾਵਾ ਮੈਂ ਦੱਸ ਦਿੱਤਾ ਕਿ ਵਰਕ ਪਰਮਿਟ ਵਾਲੇ ਜਿਹੜੇ ਹੈਗੇ ਆ ਉਹ ਘੁੰਮਣ ਫਿਰਨ ਦਾ ਜਾਂ ਉੱਥੇ ਦੇ ਕਿਸੇ ਵੀ ਫੰਕਸ਼ਨ ਦੇ
ਪਰਪਸ ਨੂੰ ਦੱਸ ਸਕਦੇ ਜਾਂ ਕੋਈ ਉੱਥੇ ਐਗਜ਼ੀਬਿਸ਼ਨ ਲੱਗਣ ਵਾਲੀ ਹੈ ਜਿਹੜੀ ਕਿ ਉਹਨਾਂ ਦੇ ਪੇਰੈਂਟਸ ਨੂੰ ਲਾਭਦਾਇਕ ਹੋ ਸਕਦੀ ਹੈ ਤਾਂ ਜਾਂ ਉਹਦੇ ਸਿਬਲਿੰਗ ਨੂੰ ਲਾਭਦਾਇਕ ਹੋ ਸਕਦੀ ਹੈ, ਕੋਈ ਵੀ ਜਿਹੜਾ ਸੋਲਿਡ ਪਰਪਸ ਹੈ ਉਹ ਪਹਿਲੇ ਪੈਰੇ ਵਿੱਚ ਆਊਗਾ। ਅਤੇ ਗਾਈਜ਼, ਦੂਸਰਾ ਪੈਰਾ ਤਾਂ ਜਿਸ ਤਰ੍ਹਾਂ ਮੈਂ ਦੱਸ ਹੀ ਦਿੱਤਾ ਕਿ ਜਿਸ ਨੂੰ ਤੁਸੀਂ ਬੁਲਾ ਰਹੇ ਹੋ ਉਹਦੀ ਪੂਰੀ ਬਾਇਓਡਾਟਾ, ਉਹਦਾ ਪੂਰਾ ਸਿਹੜਾ ਹੈਗਾ, ਇੰਡੀਆ ਦੇ ਵਿੱਚ ਜਿਹੜਾ ਕਾਰੋਬਾਰ ਔਰ ਇੰਡੀਆ ਦੇ ਵਿੱਚ ਉਹਦੀ ਪ੍ਰੋਫਾਈਲ ਜਿਹੜੀ ਹੈਗੀ ਹੈ ਪੂਰੀ ਦੀ ਪੂਰੀ ਦੇਣੀ ਹੈ। ਉਸ ਤੋਂ ਪਹਿਲਾਂ ਤਾਂ ਦੂਸਰਾ ਪੈਰਾ ਤੁਹਾਡਾ ਹੋ ਗਿਆ, ਹੁਣ ਜਿਹੜਾ ਚਾਹੇ ਉਹ ਸਟੱਡੀ ਪਰਮਿਟ ਵਾਲੇ ਚਾਹੇ ਵਰਕ ਪਰਮਿਟ ਵਾਲੇ ਹੈ, ਤਾਂ ਤੀਸਰੇ ਪੈਰੇ ਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਦੇਣੀ ਹੈ। ਜੇਕਰ ਉਹ ਸਟੂਡੈਂਟ ਹੈ ਤਾਂ ਉਹ ਦੱਸੂਗਾ ਮੈਂ ਸਟੂਡੈਂਟ ਹਾਂ, ਆਹ ਕਲਾਸ ਦੇ ਵਿੱਚ ਐਸ ਐਸ ਕਾਲਜ ਦੇ ਵਿੱਚ ਹਾਂ, ਆਹ ਮੈਂ ਜੋਬ ਕਰ ਰਿਹਾ, ਜਾਂ ਮਤਲਬ ਜਿਹੜਾ ਹੈਗਾ ਮੈਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆ ਚੁੱਕਾ, ਜਾਂ ਜੋ ਵੀ ਉਹਦਾ ਹੋਊਗਾ ਉਹ ਵੀ ਨਾਲ ਆਪਣਾ ਦੱਸੂਗਾ, ਆਪਣੀ ਇਨਕਮ ਵਗੈਰਾ ਦੱਸੂਗਾ। ਅਤੇ ਤਾਂ ਜੋ ਇਹਦੇ ਵਿੱਚ ਉਹਨੇ ਨਾਲ ਦੇ ਨਾਲ ਇਹ ਵੀ ਦੱਸਣਾ ਹੈਗਾ ਕਿ ਮੇਰੇ ਪੇਰੈਂਟਸ ਜਿਹੜੇ ਹੈਗੇ ਬੇਸ਼ੱਕ ਇਹ ਦੱਸ ਦੇਵੇ ਕਿ ਟਿਕਟਾਂ ਲੈ ਕੇ ਇੰਡੀਆ ਤੋਂ ਉਹ ਆਉਣਗੇ, ਔਰ ਬਾਕੀ ਇੱਥੇ ਮੈਂ ਆਪਦੇ ਕੋਲ ਰੱਖੂੰਗਾ ਜਾਂ ਰੱਖੂੰਗੀ, ਇਹ ਚੀਜ਼ ਜਿਹੜੀ ਹੈ ਦੇਣੀ ਹੈ। ਔਰ ਇਹ ਗਾਈਜ਼ ਬਹੁਤ ਇੰਪੋਰਟੈਂਟ ਹੈ, ਔਰ ਨਾਲ ਹੀ ਇਹ ਦੱਸਣਾ ਕਿ ਇੰਡੀਆ ਤੋਂ ਉਹ ਹੈਲਥ ਇੰਸ਼ੋਰੈਂਸ ਲੈ ਕੇ ਆ ਰਹੇ ਹੈ ਜਾਂ ਕੈਨੇਡਾ ਵਿੱਚ ਤੁਸੀਂ ਆਪਣੇ ਪੇਰੈਂਟਸ ਲਈ ਹੈਲਥ ਇੰਸ਼ੋਰੈਂਸ ਜਿਹੜੀ ਹੈਗੀ ਹੈ ਲੈ ਲਈ ਹੈ, ਉਹ ਸਾਰੀ ਜਾਣਕਾਰੀ ਵਿੱਚ ਦੇ ਰਹੀ ਹੈ। ਇਹ ਬਹੁਤ ਮਹੱਤਵਪੂਰਨ ਹੈ। ਇਹ ਗਾਈਜ਼ ਇਨਵੀਟੇਸ਼ਨ ਪਲੱਸ ਸਪੋਂਸਰ ਹੈ, ਇਸ ਕਰਕੇ ਇਹਨੂੰ ਨੋਟਰਾਈਜ਼ ਕਰਾਉਣਾ ਜ਼ਰੂਰੀ ਹੈ। ਹੁਣ ਜਿਹੜੀ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਇਨਵੀਟੇਸ਼ਨ ਲੈਟਰ ਸਟੈਚੂਚਰੀ ਜਿਹੜੀ ਇਨਵੀਟੇਸ਼ਨ ਲੈਟਰ ਹੁੰਦੀ ਹੈ, ਜਿਹੜੇ ਕਿ ਆਪਦੇ ਪੇਰੈਂਟਸ ਜਾਂ ਰਿਸ਼ਤੇਦਾਰਾਂ ਨੂੰ ਨਹੀਂ ਬੁਲਾ ਰਹੇ, ਉਹ ਕਿਸੇ ਵੀ ਹੋਰ ਥਰਡ ਪਰਸਨ ਨੂੰ ਬੁਲਾ ਰਹੇ ਆ, ਚਾਹੇ ਆਪਣੇ ਬਿਜ਼ਨਸ ਨਾਲ ਰਿਲੇਟਡ ਹੈ, ਚਾਹੇ ਸਾਹਿਤਕ ਫੰਕਸ਼ਨ ਹੋ ਰਿਹਾ ਉਹਨਾਂ ਨਾਲ ਰਿਲੇਟਡ ਹੈ, ਅਤੇ ਚਾਹੇ ਕੋਈ ਹੋਰ ਐਗਜ਼ੀਬਿਸ਼ਨਾਂ ਹੈਗੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਮੇਲੇ ਲੱਗ ਰਹੇ ਆ, ਚਾਹੇ ਉਹ ਕਿਸਾਨ ਮੇਲੇ ਹੈ, ਚਾਹੇ ਉਹ ਪਸ਼ੂ ਮੇਲੇ ਹੈ, ਚਾਹੇ ਉਹ ਮਸ਼ੀਨਰੀ ਨਾਲ ਰਿਲੇਟਡ ਮੇਲੇ ਹੈ, ਉਹਨਾਂ ਦੇ ਉੱਤੇ ਜਿਹੜੇ ਸੱਦੇ ਆ ਉਹਨੂੰ ਇਨਵੀਟੇਸ਼ਨ ਲੈਟਰ ਸਟੈਚੂਚਰੀ ਕਹਿੰਦੇ ਆ, ਜਿਹੜੀ ਕਿ ਮੈਂ ਪਿਛਲੀ ਵੀਡੀਓ ਵਿੱਚ ਕਲੈਰਿਟੀ ਦਿੱਤੀ ਹੈ ਕਿ ਇਹਨੂੰ ਨੋਟਰਾਈਜ਼ ਕਰਾਉਣ ਦੀ ਜ਼ਰੂਰਤ ਨਹੀਂ। ਇਹਦੇ ਵਿੱਚ ਉਹ ਜਿਹੜੇ ਪ੍ਰਬੰਧਕ ਹੈ ਤੁਹਾਡਾ ਖਰਚਾ ਉਠਾਉਣ ਦੇ ਨਹੀਂ ਕਹਿਣਗੇ, ਜਦਕਿ ਇਨਵੀਟੇਸ਼ਨ ਲੈਟਰ ਕੰਮ ਜਿਹੜਾ ਸਪੋਂਸਰ ਹੈਗਾ, ਜਿਹੜਾ ਕਿ ਸਟੱਡੀ ਪਰਮਿਟ ਵਾਲਿਆਂ ਲਈ ਔਰ ਵਰਕ ਪਰਮਿਟ ਵਾਲਿਆਂ ਲਈ, ਉਹ ਰਹਿਣ ਸਹਿਣ ਦਾ ਘੁੰਮਣ ਫਿਰਨ ਦਾ ਥੋੜ੍ਹੀ ਜਿਹੀ ਜ਼ਿੰਮੇਵਾਰੀ ਉਹ ਲੈਂਦੇ ਹੈ। ਗਾਈਜ਼, ਹੁਣ ਗੱਲ ਕਰਦੇ ਆਪਾਂ ਇਨਵੀਟੇਸ਼ਨ ਲੈਟਰ ਸਟੈਚੂਚਰੀ, ਜਿਹੜੀ ਕਿ ਹੁਣ ਥਰਡ ਪਰਸਨ ਲਿਖ ਰਿਹਾ ਹੈਗਾ, ਤਾਂ ਉਹ ਕਿਸ ਤਰ੍ਹਾਂ ਦਾ ਉਹਦਾ ਫਾਰਮੈਟ ਹੋਣਾ ਚਾਹੀਦਾ, ਇਹਦੀ ਵੀ ਕਾਪੀ ਪੈਨ ਲੈ ਲਓ। ਇਹਨੂੰ ਨੋਟਰੀ ਕਰਾਉਣਾ ਜ਼ਰੂਰੀ ਨਹੀਂ, ਔਰ ਇਹਨੂੰ ਨੋਟਰੀ ਆਮ ਤੌਰ 'ਤੇ ਕਰਵਾਉਂਦੇ ਵੀ ਨਹੀਂ, ਕੋਈ ਖਰਚਾ ਨਹੀਂ ਕਰਦੇ। ਤਾਂ ਗਾਈਜ਼, ਮਤਲਬ ਇਸ ਲੈਟਰ ਦੇ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਉਹੀ ਲਿਖਣਾ ਆਪਾਂ ਟੂ ਦਾ ਆਫਿਸਰ ਕੈਨੇਡੀਅਨ ਜਿਹੜਾ ਹੈਗਾ ਅੰਬੈਸੀ ਨਹੀਂ, ਕੈਨੇਡੀਅਨ ਹਾਈ ਕਮਿਸ਼ਨਰ ਨਿਊ ਦਿੱਲੀ ਨੂੰ ਲਿਖਣਾ। ਔਰ ਪਹਿਲਾ ਪੈਰਾ ਸੇਮ ਓਵੀ ਗਾਈਜ਼, ਕਿ ਉਹਦੇ ਵਿੱਚ ਤੁਸੀਂ ਪਰਪਸ ਦੱਸਣਾ, ਪਰਪਸ ਦੇ ਵਿੱਚ ਇਹ ਦੱਸ ਸਕਦੇ ਹਾਂ ਕਿ ਇੱਥੇ ਜਿਹੜਾ ਹੈਗਾ ਮੈਂ ਇੱਕ ਬਿਜ਼ਨਸ ਨਾਲ ਸੰਬੰਧਿਤ ਸੋ ਐਂਡ ਸੋ ਬਿਜ਼ਨਸ ਨਾਲ ਸੰਬੰਧਿਤ ਐਗਜ਼ੀਬਿਸ਼ਨ ਲਗਾ ਰਿਹਾ ਹੈਗਾ, ਇਸ ਐਗਜ਼ੀਬਿਸ਼ਨ ਦੇ ਵਿੱਚ ਮੈਂ ਆਹ ਜਾਣਕਾਰੀਆਂ ਜਿਹੜੀਆਂ ਹੈਗੀਆਂ ਦੇ ਰਿਹਾ ਆਪਣੇ ਬਿਜ਼ਨਸ ਨਾਲ ਸੰਬੰਧਿਤ, ਇਹ ਜਿਹੜੀ ਹੈਗੀ ਹੈ ਨਵੀਂ ਮਸ਼ੀਨਰੀ ਜਾਂ ਜੋ ਵੀ ਨਵੇਂ ਪ੍ਰੋਡਕਟ ਹੈਗੇ ਆ ਉਹ ਸਾਰੇ ਮੈਂ ਆਪਣੇ ਐਗਜ਼ੀਬਿਸ਼ਨ ਵਿੱਚ ਰੱਖ ਰਿਹਾ। ਔਰ ਫਲਾਣ ਫਿਰ ਸੈਕਿੰਡ ਪੈਰੇ ਵਿੱਚ ਜਿਹੜਾ ਹੈਗਾ ਤੁਸੀਂ ਜਿਸ ਨੂੰ ਇਨਵਾਈਟ ਕਰ ਰਹੇ ਹਾਂ ਉਹਦਾ ਨਾਂ, ਡਿਟੇਲ, ਉਹਦਾ ਬਿਜ਼ਨਸ ਸੇਮ ਤੁਹਾਡੇ ਨਾਲ ਜੇਕਰ ਰਿਲੇਟਡ ਹੈ ਤਾਂ ਉਹ ਸਾਰੀ ਉਵੇਂ ਜਾਣਕਾਰੀ ਦੇਣੀ ਹੈ, ਉਹਦਾ ਬਿਜ਼ਨਸ ਦਾ, ਉਹਦਾ ਜਿਹੜਾ ਫਲੋ ਹੈ ਬਿਜ਼ਨਸ ਦਾ, ਉਹਦੀ ਇਨਕਮ ਜੋ ਹੈਗੀ ਹੈ, ਇਨਕਮ ਟੈਕਸ ਰਿਟਰਨ ਹੈਗੀਆਂ, ਔਰ ਜਿਹੜਾ ਕਰੰਟ ਅਕਾਊਂਟ ਹੈ ਉਹਦੀ ਜਿਹੜੀ ਹੈਗੀ ਹੈ ਜਿਹੜਾ 6 ਮਹੀਨੇ ਦਾ ਬੈਲੈਂਸ ਵਗੈਰਾ ਸਾਰਾ ਦੇਣਾ, ਔਰ ਉਹਦਾ ਜਿਹੜਾ ਹੈਗਾ ਇਨਕਮ ਸਾਰਾ ਵੇਰਵਾ ਦੇ ਕੇ, ਉਹਦੀ ਜਿਹੜੀ ਪ੍ਰਾਪਰਟੀ ਵਗੈਰਾ ਸਾਰੀ ਉਹਦੀ ਵੇਰਵਾ ਦੇ ਕੇ, ਔਰ ਬਿਜ਼ਨਸ ਦੇ ਜਿਹੜੇ ਐਸੈਟਸ ਵਗੈਰਾ ਸਾਰੇ ਦਿਖਾ ਕੇ ਉਹ ਤੁਸੀਂ ਸੈਕਿੰਡ 'ਚ ਦਿਖਾ ਕੇ ਦੱਸਣਾ ਕਿ ਉਹ ਵੀ ਇਸੇ ਬਿਜ਼ਨਸ ਨਾਲ ਰਿਲੇਟਡ ਹੈ, ਔਰ ਆਪਣੀ ਨਵੇਂ ਜਿਹੜੇ ਇਨੋਵੇਸ਼ਨ ਜਿਹੜੀਆਂ ਹੈਗੀਆਂ, ਆਪਣੀਆਂ ਨਵੀਆਂ ਖੋਜਾਂ ਔਰ ਆਪਣੇ ਨਵੇਂ ਪ੍ਰੋਡਕਟਾਂ ਦੀ ਜਾਣਕਾਰੀ ਲੈ ਕੇ ਕੈਨੇਡਾ 'ਚ ਆ ਰਿਹਾ, ਜੋ ਕਿ ਕੈਨੇਡਾ ਦੀ ਸੁਸਾਇਟੀ ਨੂੰ ਜਿਸ ਦਾ ਕਿ ਲਾਭ ਹੋਊਗਾ। ਔਰ ਗਾਈਜ਼, ਇਹ ਸੈਕਿੰਡ ਪੈਰਾ ਹੋ ਗਿਆ। ਥਰਡ ਪੈਰਾ ਜਿਹੜਾ ਹੈਗਾ,
ਥਰਡ ਪੈਰਾ ਸੇਮ ਹੀ ਹੈ, ਤੁਹਾਡੀ ਇੰਟਰੋਡਕਸ਼ਨ, ਤੁਹਾਡੀ ਜਾਣਕਾਰੀ ਔਰ ਤੁਹਾਡਾ ਬਿਜ਼ਨਸ ਫਲੋ, ਤੁਹਾਡੀ ਇਨਕਮ, ਤੁਹਾਡਾ ਸਿਮ ਕਾਰਡ ਜੋ ਵੀ ਹੈ, ਸਾਰੇ ਪਾਸਪੋਰਟ, ਤੁਸੀਂ ਉੱਥੋਂ ਦੇ ਸਿਟੀਜਨ ਹੈ ਜਾਂ PR ਹੈ, ਇਹ ਸਾਰੀ ਜਾਣਕਾਰੀ ਜਿਹੜੀ ਹੈ ਥਰਡ ਵਿੱਚ ਦੇਣੀ ਹੈ। ਔਰ ਇਹਦੇ ਵਿੱਚ ਤੁਸੀਂ ਇਹ ਲਿਖ ਸਕਦੇ ਹਾਂ ਕਿ ਉਹ ਇੰਡੀਆ ਤੋਂ ਆਪਣੀਆਂ ਟਿਕਟਾਂ ਲੈ ਕੇ ਆਊਗਾ ਔਰ ਕੈਨੇਡਾ ਦੇ ਵਿੱਚ ਵੀ ਉਸਨੇ ਆਪਣੇ ਹੋਟਲ ਬੁਕਿੰਗ ਕਰਵਾਈ ਹੋਈ ਹੈ, ਆਪਣੇ ਖਰਚੇ ਸਹਿਣ ਕਰੂਗਾ। ਔਰ ਗਾਈਜ਼, ਜੇਕਰ ਤੁਸੀਂ ਆਪਣੇ ਐਗਜ਼ੀਬਿਸ਼ਨ ਵਿੱਚ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਰੱਖਿਆ, ਉਹਦਾ ਜ਼ਿਕਰ ਕਰ ਸਕਦੇ ਹਾਂ ਕਿ ਇਹ ਚੀਜ਼ ਮੈਂ ਪ੍ਰੋਵਾਈਡ ਕਰੂੰਗਾ, ਬਾਕੀ ਸੁਬਹਾ ਦਾ ਨਾਸ਼ਤਾ ਜਾਂ ਰਾਤ ਦੀ ਰੋਟੀ ਹੈ ਜਾਂ ਆਉਣ ਜਾਣ ਦਾ ਖਰਚਾ ਜਾਂ ਉਹਦੇ ਘੁੰਮਣਾ ਫਿਰਨਾ ਵੀ ਹੋਇਆ ਬਾਅਦ 'ਚ ਕੈਨੇਡਾ ਵਿੱਚ, ਤਾਂ ਉਹਦੇ ਖਰਚੇ ਉਹ ਆਪ ਕਰੂਗਾ। ਇਸ ਕਰਕੇ ਗਾਈਜ਼, ਇਹਨੂੰ ਨੋਟਰਾਈਜ਼ ਕਰਾਉਣ ਦੀ ਜ਼ਰੂਰਤ ਨਹੀਂ। ਦੋਸਤੋ, ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਇਨਵੀਟੇਸ਼ਨ ਲੈਟਰ ਦੀ ਫਾਰਮੈਟ ਕੀ ਹੋਣੀ ਚਾਹੀਦੀ ਹੈ। ਫਾਰਮੈਟ ਜਿਹੜੀ ਹੈਗੀ ਹੈ, ਤੁਸੀਂ ਇਹ ਬਣਾ ਕੇ ਖੁਦ ਹੀ ਬਣਾ ਕੇ ਆਪਣੇ ਦੋਸਤ ਨੂੰ ਭੇਜ ਸਕਦੇ ਹਾਂ, ਜਿਹੜੇ ਕਿ ਉਹ ਆਪਣਾ ਕੈਨੇਡੀਅਨ ਅੰਬੈਸੀ ਨੂੰ ਲਾਊਗਾ ਆਪਣੀ ਪ੍ਰੋਫਾਈਲ ਦੇ ਨਾਲ। ਔਰ ਜਿਹੜੇ ਮਾਤਾ ਪਿਤਾ ਵਾਲੇ ਆ, ਕਿਉਂਕਿ ਉਹਨੂੰ ਨੋਟੀਫਾਈ ਜ਼ਰੂਰ ਕਰਾ ਲਿਓ, ਇਹ ਮੈਂ ਪਹਿਲਾਂ ਹੀ ਦੱਸਿਆ, ਉਹ ਸਪੋਂਸਰ ਕੰਮ ਹੈ ਤਾਂ ਜੋ ਉਹਦਾ 100% ਜਿਹੜਾ ਹੈਗਾ ਵੀਜ਼ਾ ਜਿਹੜਾ ਹੈਗਾ ਉਹਦੀ ਸ਼ਿਓਰਟੀ ਹੈ। ਔਰ ਜੇਕਰ ਆਪਾਂ ਇਨਵੀਟੇਸ਼ਨ 'ਤੇ ਲਾਉਂਦੇ ਹਾਂ ਤਾਂ ਇਹ ਤੁਹਾਡੀ ਇੰਡੀਆ ਦੇ ਵਿਚਲੀ ਪ੍ਰੋਫਾਈਲ ਹੀ ਜਿਹੜੀ ਹੈਗੀ ਹੈ ਉਹੀ ਹੀ ਇਹਨੂੰ ਸ਼ਿਓਰ ਕਰੂਗੀ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਕਿੰਨੇ ਪ੍ਰਤੀਸ਼ਤ ਸ਼ਿਓਰ ਹੈ, ਜੇਕਰ ਤੁਹਾਡਾ ਬਿਜ਼ਨਸ ਦਾ ਫਲੋ ਵੀ ਉਹੀ ਹੈ। ਹੁਣ ਕਈ ਕਹਿਣਗੇ ਕਿ ਬਿਜ਼ਨਸ ਨਹੀਂ, ਮੈਂ ਤਾਂ ਆ ਰਿਹਾ ਸੀਗਾ ਇੱਥੇ ਆ ਕੇ ਆਪਦੀ ਕਵਿਤਾ ਸੁਣਾਉਣ, ਅਤੇ 3-4 ਦਿਨ ਲਈ ਮੈਂ ਕਵਿਤਾ ਸੁਣਾਉਣੀ। ਤਾਂ ਗਾਈਜ਼, ਕਵਿਤਾ ਸੁਣਾਉਣ ਜੇਕਰ ਆ ਰਹੇ ਹਾਂ ਤਾਂ ਤੁਹਾਡਾ ਇੰਡੀਆ ਵਿੱਚ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਹੈ। ਮੰਨ ਲਓ ਤੁਸੀਂ ਸਰਕਾਰੀ ਕਿਸੇ ਕੋਈ ਵੀ ਮੁਲਾਜ਼ਮ ਹੈ, ਕਿਸੇ ਵੀ ਅਹੁਦੇ 'ਤੇ, ਕਿਸੇ ਵੀ ਪਦ 'ਤੇ ਹੈਗੇ ਆ, ਔਰ ਨਾਲ ਦੀ ਨਾਲ ਤੁਸੀਂ ਸਾਹਿਤਕਾਰ ਹੈ, ਤਾਂ ਤੁਸੀਂ ਆਪਣਾ ਜਿਹੜਾ ਹੈਗਾ ਸਰਵਿਸ ਪ੍ਰੋਫਾਈਲ ਜਾਂ ਜੇਕਰ ਜਾਂ ਤੁਸੀਂ ਜੇਕਰ ਕੋਈ ਬਿਜ਼ਨਸ ਕਰ ਰਹੇ ਹਾਂ, ਕੋਈ ਕਾਰੋਬਾਰ ਕਰ ਰਹੇ ਹਾਂ, ਤਾਂ ਉਹਦੀ ਪ੍ਰੋਫਾਈਲ ਤੁਹਾਨੂੰ ਨਾਲ ਲਾਉਣੀ ਪਊਗੀ, ਤਾਂ ਜੋ ਕੈਨੇਡਾ ਦੀ ਅੰਬੈਸੀ ਦਾ ਜਿਹੜਾ ਹੈਗਾ ਆਫਿਸਰ ਹੈ, ਉਹ ਤੁਹਾਡਾ ਪਰਪਸ ਤਾਂ ਸਮਝ ਜਾਊਗਾ ਕਿ ਤੁਸੀਂ ਇੱਥੇ ਆ ਕੇ ਕਵਿਤਾ ਸੁਣਾਉਣੀ ਹੈ ਜਾਂ ਇੱਥੇ ਸਾਹਿਤਕਾਰਾਂ ਦੇ ਵਿੱਚ ਆ ਕੇ ਤੁਸੀਂ ਸ਼ਮੂਲੀਅਤ ਕਰਨੀ ਹੈ। ਪਰ ਨਾਲ ਦੀ ਨਾਲ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਹੈਗੀ ਹੈ, ਤੁਹਾਡੀ ਕੰਡੀਸ਼ਨ ਨੂੰ ਦੇਖ ਕੇ ਉਹ ਵੀਜ਼ਾ ਦਊਗਾ। ਗਾਈ, ਦੱਸੋ ਤੁਹਾਨੂੰ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਲੱਗੀ, ਜਿਹੜੀ ਕੱਲ੍ਹ ਤੁਸੀਂ ਡਿਮਾਂਡ ਕੀਤੀ ਸੀ ਕਿ ਤੁਹਾਡੀ ਉਹ ਡਿਮਾਂਡ ਪੂਰੀ ਹੋ ਗਈ ਹੈ, ਜ਼ਰੂਰ ਦੱਸੋ ਕਮੈਂਟ ਬਾਕਸ ਵਿੱਚ ਜਾ ਕੇ, ਕਮੈਂਟ ਜ਼ਰੂਰ ਕਰ ਦਿਆ ਕਰੋ, ਕਮੈਂਟ ਜਿਹੜੇ ਹੈਗੇ ਆ ਉਹ ਜ਼ਰੂਰ ਦੱਸੋ, ਤੁਹਾਨੂੰ ਜੇਕਰ ਜ਼ਿਆਦਾ ਇਨਫੋਰਮੇਸ਼ਨ ਅੱਛੀ ਲੱਗਦੀ ਜ਼ਰੂਰ ਦੱਸਿਆ ਕਰੋ, ਔਰ ਲਾਈਕ ਤਾਂ ਕਰ ਦਿਆ ਕਰੋ, ਉਹਦੇ ਵਿੱਚ ਤਾਂ ਜਮ੍ਹਾਂ ਕੰਜੂਸੀ ਨਾ ਕਰੋ, ਔਰ ਇਹਨੂੰ ਸ਼ੇਅਰ ਦੱਬ ਕੇ ਕਰ ਦਿਓ, ਇਹਦੇ 'ਚ ਕੀ ਉਹਦੀ ਕੰਜੂਸੀ ਹੈ, ਤੁਹਾਡੇ ਦੋਸਤ ਮਤਲਬ ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ ਵੀ ਇਹ ਜਾਣਕਾਰੀ ਹਾਸਲ ਕਰ ਸਕਣਗੇ ਮੁਫਤ ਦੇ ਵਿੱਚ। ਤਾਂ ਮੇਰਾ ਵੀਡੀਓ ਬਣਾਉਣ ਦਾ ਪਰਪਸ ਇਹੀ ਹੈ ਗਾਈਜ਼, ਕਿ ਤੁਹਾਡਾ ਜਿਹੜਾ ਹੈਗਾ ਖਰਚਾ ਬਚ ਸਕੇ, ਔਰ ਤੁਸੀਂ ਜਿਹੜਾ ਹੈਗਾ ਖੁਦ ਆਪਣੇ ਜਿਹੜੇ ਹੈਗੇ ਡਾਕੂਮੈਂਟ ਤਿਆਰ ਕਰ ਸਕੋ। ਔਰ ਜੇਕਰ ਫਿਰ ਵੀ ਕੌਨਫੀਡੈਂਸ ਨਹੀਂ ਹੈ ਤਾਂ ਤੁਹਾਨੂੰ ਮੈਂ ਜਿਹੜੇ ਹੈਗੇ ਹੈ ਸੁਜੈਸਟ ਕਰ ਸਕਦਾ, ਜਿਹੜੇ ਕੈਨੇਡਾ ਗੌਰਮੈਂਟ ਦੇ ਨਾਲ ਰਿਲੇਟਡ ਜਿਹੜੇ ਹੈਗੇ ਹੈ ਵਰਕ ਕਰਦੇ ਆ ਇਮੀਗ੍ਰੇਸ਼ਨ ਦਾ, ਜਿਹੜੇ ਕਿ ਤੁਹਾਨੂੰ ਬਿਲਕੁਲ ਟੂ ਦੀ ਪੁਆਇੰਟ ਔਰ ਸਹੀ ਗਾਈਡ ਕਰਦੇ ਆ, ਔਰ ਬਹੁਤ ਹੀ ਘੱਟ ਉਹਨਾਂ ਦੀਆਂ ਫੀਸਾਂ ਹੁੰਦੀਆਂ। ਤਾਂ ਗਾਈਜ਼, ਜਿਹੜੇ ਹੈਗੇ ਹੈ ਏਜੰਟ ਜਿਹੜੇ ਹੈਗੇ ਆ ਉਹਨਾਂ ਤੋਂ ਜ਼ਰੂਰ ਬਚੋ, ਤੁਸੀਂ ਆਪਣੀਆਂ ਫਾਈਲਾਂ ਤਿਆਰ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਫਿਰ ਤੁਸੀਂ ਕੈਨੇਡਾ ਗੌਰਮੈਂਟ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਐਡਵੋਕੇਟ ਹੁੰਦੇ ਆ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਨਾਲ ਸੰਪਰਕ ਕਰਿਆ ਕਰੋ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਤੁਸੀਂ ਹੁਣ ਅੱਜ ਕੱਲ੍ਹ ਮੇਰੇ ਜਿਹੜੇ ਹੈਗੇ ਆ ਚੈਨਲ ਦੇ ਮੈਂਬਰ ਬਣ ਸਕਦੇ ਹਾਂ, ਜ਼ਰੂਰ ਬਣੋ, ਥੋੜ੍ਹੀ ਗਿਣਤੀ ਹੈ, ਸਪੀਡ ਘੱਟ ਹੈ, ਥੋੜ੍ਹੇ ਬਣਦੇ ਆ। ਮੈਂ ਕਹਿੰਦਾ ਥੋੜ੍ਹਾ ਜਿਹਾ ਗਰੁੱਪ ਬਣ ਜਾਏ ਤਾਂ ਆਪਾਂ ਇੱਕ ਇਹਦਾ ਵਟਸਐਪ ਗਰੁੱਪ ਵੀ ਬਣਾਵਾਂਗੇ, ਚੈਟਿੰਗ ਕਰਿਆ ਕਰਾਂਗੇ, ਔਰ ਫਿਰ ਤੁਹਾਡੇ ਲਈ ਵੀ ਅਲੱਗ ਸੇ ਵੀਡੀਓ ਵੀ ਜਿਹੜੀਆਂ ਦੇਵਾਂਗੇ, ਲੇਕਿਨ ਉਹ ਪਬਲਿਕ ਕੋਲ ਵੀ ਜਾਣਗੀਆਂ, ਲੇਕਿਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਇਆ ਕਰਨਗੀਆਂ, ਪਬਲਿਕ ਤੁਹਾਡੇ ਬਾਅਦ 'ਚ ਜਾਣਗੀਆਂ। ਲੇਕਿਨ ਜ਼ਿਆਦਾਤਰ ਆਪਾਂ ਪਬਲਿਕ ਵਾਲੀਆਂ ਵੀਡੀਓ ਜਿਹੜੀਆਂ ਉਹ ਤਾਂ ਦੇਣੀਆਂ ਦੇਣੀਆਂ, ਕਿਉਂਕਿ ਉਹ ਵੀਡੀਓ ਜਿਹੜੀਆਂ ਹੈਗੀਆਂ ਸਾਰਿਆਂ ਲਈ ਹੈ, ਚਾਹੇ ਤੁਸੀਂ ਮੈਨੂੰ ਜਿਹੜਾ ਹੈਗਾ ਸਬਸਕ੍ਰਾਈਬ ਕੀਤਾ ਚਾਹੇ ਨਹੀਂ ਕੀਤਾ, ਮੈਂ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ। ਇਸ ਕਰਕੇ ਗਾਈਜ਼, ਇਸ ਵੀਡੀਓ ਨੂੰ ਮੈਂ ਇੱਥੇ ਕਰੂੰਗਾ ਸਮਾਪਤ। ਸਤਿ ਸ਼੍ਰੀ ਅਕਾਲ, ਨਮਸਕਾਰ, ਗੇਮ ਸ਼ੋ, ਮੌਜਾਂ ਮਾਣਦੇ ਹੋ, ਮੌਜਾਂ ਹੀ ਮਾਣਦੇ ਰਹੋ। ਅਗਲੀ ਇਨਫੋਰਮੇਟਿਵ ਵੀਡੀਓ ਲੈ ਕੇ ਫਿਰ ਹੋਊਂਗਾ ਹਾਜ਼ਰ। ਇਸ ਵੀਡੀਓ ਨੂੰ ਇੱਥੇ ਕਰਦੇ ਸਮਾਪਤ। ਸਤਿ ਸ਼੍ਰੀ ਅਕਾਲ।
ਥੈਂਕ ਯੂ।